ਪੰਜਾਬ ਦਾ ਸਿੱਖਿਆ ਮਾਡਲ ਕੀ ਹੈ ਅਤੇ ਕਿੱਥੇ ਖੜ੍ਹਾ, ਸਾਰਾ ਜਿਹੜਾ ਢਾਂਚਾ ਹੈ ਇਸ ਨੂੰ ਲੈ ਕੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਬਾਕੀਆਂ ਪਾਰਟੀਆਂ ਜਾਂ ਬਾਕੀ ਰਹਿੰਦੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਕਿੰਨਾ ਕੁ ਅੱਗੇ ਵੱਧ ਸਕੇ ਨੇ, ਇਹ ਸਾਰੇ ਬਾਬਤ ਗੱਲਬਾਤ ਕਰਾਂਗੇ। ਔਰ ਸਕੂਲ ਆਫ ਐਮੀਨੈਂਸ ਦਾ ਜਿੱਥੇ ਜ਼ੋਰ ਸ਼ੋਰ ਨਾਲ ਪ੍ਰਚਾਰ ਹੈ ਉੱਥੇ ਇੱਕ ਮਾਡਲ ਆਇਆ ਸੀ ਸਕੂਲਾਂ ਦਾ, ਮੈਰੀਟੋਰੀਅਸ ਸਕੂਲ। ਮੈਰੀਟੋਰੀਅਸ ਟੀਚਰ ਯੂਨੀਅਨ ਪੰਜਾਬ ਦੇ ਜਿਹੜੇ ਆਗੂ ਪਰਮਜੀਤ ਸਿੰਘ ਸਾਡੇ ਨਾਲ ਨੇ, ਇਹਨਾਂ ਨੂੰ ਸਮੱਸਿਆਵਾਂ ਕੀ ਆ ਰਹੀਆਂ ਨੇ ਅਤੇ ਮੈਰੀਟੋਰੀਅਸ ਸਕੂਲਾਂ ਦੇ ਨਤੀਜੇ ਕੀ ਨੇ, ਵੱਖ ਵੱਖ ਜਿਹੜੇ ਇਮਤਿਹਾਨ ਨੇ ਮੁਕਾਬਲਿਆਂ ਦੇ ਇਮਤਿਹਾਨ ਨੇ ਜਾਂ ਹੋਰ ਨੇ, ਉਹਨਾਂ ਸਾਰਿਆਂ ਦੇ ਬਾਰੇ ਵੀ ਗੱਲਬਾਤ ਕਰਾਂਗੇ। ਨਤੀਜੇ ਕੀ ਨੇ ਅਤੇ ਸਕੂਲਾਂ ਦੀ ਸਥਿਤੀ ਕਿੱਥੇ ਖੜ੍ਹੀ ਹੈ ਔਰ ਇਹਨਾਂ ਨੂੰ ਸਮੱਸਿਆਵਾਂ ਕਿਹੜੀਆਂ ਦਰਪੇਸ਼ ਨੇ ਜਿਹਨਾਂ ਨੂੰ ਦੂਰ ਕਰਨ ਲਈ ਪੰਜਾਬ ਸਰਕਾਰ ਨੂੰ ਪਹਿਲਕਦਮੀ ਕਰਨ ਦੀ ਲੋੜ ਹੈ। ਸਭ ਤੋਂ ਪਹਿਲਾਂ ਜੀ ਤੁਹਾਡੇ ਤੋਂ ਇਹੀ ਜਾਣਨਾ ਚਾਹਾਂਗੇ, ਕਿਉਂਕਿ ਮੈਰੀਟੋਰੀਅਸ ਸਕੂਲ ਸਾਰੇ ਜਾਣਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਗੱਠਜੁੜ ਦੀ ਸਰਕਾਰ ਵੇਲੇ ਪ੍ਰੋਜੈਕਟ ਆਉਂਦਾ, ਉਦੋਂ ਤੋਂ ਲੈ ਕੇ ਹੁਣ ਤੱਕ ਪਰਫੋਰਮੈਂਸ ਨੂੰ ਦੇਖਿਆ ਜਾਵੇ ਤਾਂ ਸੁਰਖੀਆਂ ਸਾਰਿਆਂ ਨੇ ਹੁਣ ਤੱਕ ਪੜ੍ਹੀਆਂ ਹੋਣਗੀਆਂ ਕਿ ਨਤੀਜੇ ਚੰਗੇ ਆ ਰਹੇ ਹੈ। ਗਰੀਬ ਘਰਾਂ ਦੇ ਲੋੜਵੰਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੱਕ ਵਧੀਆ ਚੰਗਾ ਪਲੇਟਫਾਰਮ ਮਿਲਿਆ, ਮੌਕਾ ਮਿਲਿਆ ਅਤੇ ਕਈਆਂ ਨੇ ਵੱਡੇ ਵੱਡੇ ਥਾਵਾਂ ਸੰਸਥਾਵਾਂ ਜਾ ਕੇ ਫਿਰ ਕਾਲਜਾਂ ਯੂਨੀਵਰਸਿਟੀਆਂ 'ਚ ਅੱਗੇ ਦਾਖਲੇ ਲਏ ਅਤੇ ਮੱਲਾਂ ਮਾਰੀਆਂ। ਹੁਣ ਅੱਜ ਗੱਲ ਕਿੱਥੇ ਖੜੀ ਦਿਖਾਈ ਦਿੰਦੀ ਹੈ, 10 ਮੈਰੀਟੋਰੀਅਸ ਸਕੂਲ ਆ ਜਿਹੜੇ, ਸਭ ਤੋਂ ਵੱਡੀ ਸਮੱਸਿਆ ਕੀ ਨਜ਼ਰ ਆਉਂਦੀ ਹੈ? ਦੇਖੋ ਜੀ, ਜਿਹੜੇ ਪੰਜਾਬ 'ਚ ਮੈਰੀਟੋਰੀਅਸ ਸਕੂਲ ਖੋਲ੍ਹੇ ਗਏ ਸੀਗੇ, ਉਹਨਾਂ ਦਾ ਮੇਨ ਏਜੰਡਾ ਸੀਗਾ ਵੀ ਗਰੀਬ ਘਰਾਂ ਦੇ ਬੱਚਿਆਂ ਨੂੰ ਫ੍ਰੀ ਸਿੱਖਿਆ ਦੇਣੀ ਹੈ ਅਤੇ ਚੰਗਾ ਖਾਣ ਪੀਣ ਦੇਣਾ। ਇਸ ਏਜੰਡੇ ਨੂੰ ਲੈ ਕੇ ਸ਼ੁਰੂ ਕੀਤੇ ਗਏ ਸੀ ਅਤੇ 2014 ਵਿੱਚ ਖੋਲ੍ਹੇ ਸੀਗੇ। ਇਸੇ ਏਜੰਡੇ 'ਤੇ ਚੱਲਦੇ ਹੋਏ ਇਸ JEE ਵੀ ਪਾਸ ਕਰ ਰਹੇ ਨੇ, ਨੀਟ ਵੀ ਪਾਸ ਕਰ ਰਹੇ ਨੇ, CA ਦੇ ਐਗਜ਼ਾਮ ਪਾਸ ਕਰ ਰਹੇ ਨੇ, ਬੋਰਡ ਵਿੱਚੋਂ ਮੈਰਿਟਾਂ ਸਭ ਤੋਂ ਵੱਧ ਆ ਰਹੀਆਂ ਨੇ, ਮਤਲਬ ਚੰਗੇ ਨਤੀਜੇ ਨੇ ਜਿਹੜੇ। ਇਸ ਸਾਲ ਦਾ ਤੁਸੀਂ ਲਾ ਲਓ ਵੀ ਬੋਰਡ ਮੈਰਿਟਾਂ ਵਿੱਚੋਂ 320 ਵਿੱਚੋਂ 86 ਮੈਰਿਟਾਂ ਇਕੱਲੇ ਮੈਰੀਟੋਰੀਅਸ ਸਕੂਲ ਦੀਆਂ ਨੇ, 30% ਲਗਭਗ ਮੈਰਿਟਾਂ ਮੈਰੀਟੋਰੀਅਸ ਸਕੂਲ ਕਵਰ ਕਰ ਰਹੇ ਨੇ। ਨੀਟ ਵਿੱਚੋਂ 243 ਵਿਦਿਆਰਥੀਆਂ ਨੇ ਪਾਸ ਕੀਤਾ, JEE ਮੇਨ 118 ਵਿਦਿਆਰਥੀਆਂ ਨੇ ਪਾਸ ਕੀਤਾ, ਇਸ ਤਰ੍ਹਾਂ ਦਾ ਨਤੀਜਾ ਦੇ ਰਹੇ ਨੇ। ਅਤੇ ਪਰ ਨਤੀਜਾ ਸਿਖਰ 'ਤੇ ਆ, ਸਰਕਾਰਾਂ ਲਗਾਤਾਰ ਇਹਨਾਂ ਸਕੂਲਾਂ ਨੂੰ ਸਾਈਡ ਲਾਈਨ ਕਰ ਰਹੀਆਂ ਨੇ। ਪਰ ਇਹ ਕਿਵੇਂ ਹੋ ਸਕਦਾ ਕਿ ਜਿਹੜੇ ਸਕੂਲਾਂ ਤੋਂ ਨਤੀਜੇ ਬੜੇ ਪੋਜ਼ਿਟਿਵ ਆ ਰਹੇ ਹੋਣ ਅਤੇ ਸਰਕਾਰ ਉਸੇ ਪ੍ਰੋਜੈਕਟ ਨੂੰ ਫੇਲ ਕਰਨ 'ਤੇ ਲੱਗੀ ਹੋਵੇ? ਇਹਦੇ ਵਿੱਚ ਤਾਂ ਸਰਕਾਰ ਦੀ ਆਪਦੀ ਬਦਨਾਮੀ ਹੋਏਗੀ ਕਿ ਅਸੀਂ ਆਪਣਾ ਸਰਕਾਰੀ ਪ੍ਰੋਜੈਕਟ ਹੀ ਫੇਲ ਕਰਨ 'ਤੇ ਤੁਲੇ ਹਾਂ। ਤੁਸੀਂ ਸੋਚ ਕੇ ਦੇਖੋ, ਪਿਛਲੇ ਦਿਨੀ ਜਦੋਂ JEE ਮੇਨਸ ਦਾ ਨਤੀਜਾ ਆਇਆ, ਸਰਕਾਰ ਨੇ ਵੱਡਾ ਪੋਸਟਰ ਰਿਲੀਜ਼ ਕੀਤਾ ਵੀ ਸਾਡੇ 158 ਵਿਦਿਆਰਥੀਆਂ ਦਾ ਸੀ ਸ਼ਾਇਦ ਵੀ ਨੀਟ JEE ਮੇਨਸ ਪਾਸ ਕਰ ਲਿਆ, ਉਹਦੇ ਪੈਰਲਰ ਮੈਰੀਟੋਰੀਅਸ ਸਕੂਲਾਂ ਦੇ 118 ਵਿਦਿਆਰਥੀਆਂ ਦੇ JEE ਮੇਨਸ ਪਾਸ ਹੋਇਆ, ਇੱਕ ਵੀ ਪੋਸਟਰ ਰਿਲੀਜ਼ ਨਹੀਂ। ਸਾਡੇ ਹੁਣੀ JEE ਐਡਵਾਂਸ ਬੱਚਿਆਂ ਨੇ ਬਹੁਤਿਆਂ ਨੇ ਪਾਸ ਕੀਤਾ ਜਿਨ੍ਹਾਂ ਦਾ JEE ਮੇਨਸ ਹੋਇਆ ਸੀ। ਮਤਲਬ ਸਰਕਾਰ ਇਹਨਾਂ ਗੱਲਾਂ ਦੀ ਸਾਰ ਵੀ ਨਹੀਂ ਲੈਂਦੀ ਹੈਗੀ, ਸਾਰਾ ਡਾਟਾ ਉਹਨਾਂ ਦੇ ਟੇਬਲ 'ਤੇ ਪਹੁੰਚਦਾ, ਮਤਲਬ ਕੋਈ ਹੱਲਾਸ਼ੇਰੀ ਲਈ, ਕੋਈ ਅਖਬਾਰ ਵਿੱਚ ਖਬਰ, ਰਾਦਰ ਜਿਹੜੀ ਸੁਸਾਇਟੀ ਬਣਾਈ ਹੋਈ ਹੈ ਨਾ ਸਕੂਲਾਂ ਨੂੰ ਚਲਾਉਣ ਲਈ, ਉਹ ਵੀ ਇੱਕ ਪ੍ਰੈਸ ਰਿਲੀਜ਼ ਜਾਰੀ ਕਰਨਾ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਰਹੀ ਵੀ ਸਕੂਲਾਂ ਦੇ ਨਤੀਜੇ ਚੰਗੇ ਆਏ ਨੇ, ਸਾਡੇ ਸਕੂਲਾਂ ਨੇ ਆਹ ਨਤੀਜੇ ਦਿੱਤੇ ਨੇ। ਮਤਲਬ ਇਸ ਪੱਧਰ ਦੀ ਇਗਨੋਰੈਂਸ ਹੈ ਨਾ ਸਕੂਲ। ਤੁਹਾਨੂੰ ਕਿਉਂ ਲੱਗਦਾ ਕਿ ਖੋਲ੍ਹੇ ਕਿਉਂ ਕੀਤਾ ਜਾ ਰਿਹਾ ਇਹਨਾਂ ਸਕੂਲਾਂ ਦੀ ਚੰਗੀ ਪਰਫਾਰਮੈਂਸ ਨੂੰ? ਸਾਨੂੰ, ਅਸੀਂ ਦਰਅਸਲ 2015-16 ਤੋਂ ਇਹ ਗੱਲ ਕਰਦੇ ਆ ਰਹੇ ਹਾਂ ਵੀ ਇਹ ਜਿਹੜੀ ਸਿੱਖਿਆ ਹੈਗੀ ਆ, ਇਹਨੂੰ ਪੋਲੀਟਿਕਸ ਦੀ ਭੇਟ ਨਹੀਂ ਚੜਾਇਆ ਜਾਣਾ ਚਾਹੀਦਾ। ਸਿੱਖਿਆ ਇੱਕ ਸਟੇਟ ਦਾ ਪ੍ਰੋਜੈਕਟ ਹੈ, ਜਿਹੜੀ ਮਰਜ਼ੀ ਸਰਕਾਰ ਹੋਵੇ ਸਿੱਖਿਆ ਨੂੰ ਪ੍ਰਫੁੱਲਿਤ ਕਰਨਾ ਚਾਹੀਦਾ। ਪਰ ਸਰਕਾਰਾਂ ਪਾਰਟੀਆਂ ਕੀ ਕਰਦੀਆਂ ਨੇ, ਜਦੋਂ ਆਪ ਸਰਕਾਰ 'ਚ ਆਉਂਦੀਆਂ ਨੇ ਉਹਨਾਂ ਨੂੰ ਲੱਗਦਾ ਵੀ ਜੇ ਕੋਈ ਖਾਸ ਪ੍ਰੋਜੈਕਟ ਕਿਸੇ ਖਾਸ ਪਾਰਟੀ ਨੇ ਸ਼ੁਰੂ ਕੀਤਾ, ਉਹ ਪ੍ਰੋਜੈਕਟ ਉਸ ਪਾਰਟੀ ਦਾ ਪ੍ਰੋਜੈਕਟ ਆ, ਨਾ ਕਿ ਸਟੇਟ ਸਰਕਾਰ ਦਾ ਪ੍ਰੋਜੈਕਟ। ਜਦਕਿ ਦੇਖਣਾ ਚਾਹੀਦਾ ਉੱਥੇ ਸਾਡੀ ਸਾਰੀ ਵੈਲਥ ਹੈ, ਸਾਡਾ ਪੈਸਾ ਜਿਹੜਾ ਉਹ ਸਟੇਟ ਗਵਰਨਮੈਂਟ ਦਾ ਲੱਗਿਆ ਹੋਇਆ, ਕਿਸੇ ਪਾਰਟੀ ਦਾ ਤਾਂ ਲੱਗਿਆ ਨਹੀਂ ਹੈ, ਉਹ ਤਾਂ ਪੰਜਾਬ ਸਰਕਾਰ ਦਾ ਪ੍ਰੋਜੈਕਟ ਹੈ। ਇਸੇ ਤਰ੍ਹਾਂ ਕਾਂਗਰਸ ਸਰਕਾਰ ਆਈ, ਉਹਨਾਂ ਨੇ ਬਰਾਬਰ ਸਮਾਰਟ ਸਕੂਲ ਖੋਲ੍ਹਣੇ ਸ਼ੁਰੂ ਕਰਤੇ, ਕਾਂਗਰਸ ਸਰਕਾਰ ਚਲੀ ਗਈ, ਸਮਾਰਟ ਸਕੂਲ ਠੱਪ ਹੋ।
ਹੋਗੇ। ਹੁਣ ਇਹ ਆ ਗਈ ਸਰਕਾਰ, ਇਹਨਾਂ ਨੇ ਸਕੂਲ ਆਫ ਐਮੀਨੈਂਸ ਖੋਲ੍ਹਣੇ ਸ਼ੁਰੂ ਕਰਤੇ, ਇੱਕ ਪਾਸੇ ਕਰੋੜਾਂ ਰੁਪਏ ਦੇ ਨਵਾਂ ਇਨਫਰਾਸਟ੍ਰਕਚਰ ਖੜ੍ਹਾ ਕੀਤਾ ਪਿਆ, 10 ਸਕੂਲਾਂ ਦੀਆਂ ਐਡੀਆਂ ਬਿਲਡਿੰਗਾਂ ਨੇ, ਹੋਸਟਲ ਨੇ, ਟੀਚਰ ਵੱਖਰੇ ਰੱਖੇ ਹੋਏ ਨੇ, ਉਹਨਾਂ ਨੂੰ ਪ੍ਰਮੋਟ ਕਰਨ ਦੀ ਬਜਾਏ ਉਹੀ ਪੁਰਾਣੇ ਸਕੂਲਾਂ ਵਿੱਚ ਨਵੀਆਂ ਨਵੇਂ ਰੰਗ ਕਰਕੇ ਇਸ ਤਰੀਕੇ ਦੇ ਨਵੇਂ ਪ੍ਰੋਜੈਕਟ ਖੋਲ੍ਹਣੇ ਸ਼ੁਰੂ ਕਰ ਦਿੰਦੇ ਨੇ ਵੀ ਪੁਰਾਣੀ ਸਰਕਾਰ ਦਾ ਨਾਂ ਨਾ ਰਹੇ, ਇਹ ਸਰਕਾਰਾਂ ਰਾਜਨੀਤੀ ਕਰਦੀਆਂ ਨੇ। ਵੀ ਸਕੂਲ ਆਫ ਐਮੀਨੈਂਸ ਵੀ ਸਰਕਾਰ ਦਾ ਡ੍ਰੀਮ ਪ੍ਰੋਜੈਕਟ ਹੈ, ਕਹਿੰਦੇ ਇੱਕ ਇੱਕ ਕਰਕੇ ਸਾਰੇ ਸਕੂਲਾਂ ਦੀ ਨੁਹਾਰ ਬਦਲ ਦੇਣੀ ਹੈ, ਘੱਟੋ ਘੱਟ 117 ਹਲਕਿਆਂ ਦੇ ਵਿੱਚ ਨਜ਼ਰ ਆਉਣਗੇ ਕਿ ਹਾਂ ਵੀ ਸਕੂਲ ਉਹ ਹੋਵੇ ਤਾਂ ਇਸ ਤਰ੍ਹਾਂ ਦਾ ਹੋਵੇ। ਅਸੀਂ ਕਹਿੰਦੇ ਹਾਂ ਵੀ ਸਕੂਲਾਂ 'ਤੇ ਕੰਮ ਕੀਤਾ ਜਾਣਾ ਚਾਹੀਦਾ, ਅਸੀਂ ਐਮੀਨੈਂਸ ਸਕੂਲਾਂ ਦੇ ਖਿਲਾਫ਼ ਨਹੀਂ ਹੈਗੇ, ਮੁੱਦਾ ਇਹ ਆ ਵੀ ਤੁਸੀਂ ਐਮੀਨੈਂਸ ਸਕੂਲ ਬਣਾਉਣਾ ਜਾਂ ਕਿਸੇ ਸਕੂਲ ਨੂੰ ਪ੍ਰਮੋਟ ਕਰਨਾ, ਐਮੀਨੈਂਸ ਛੱਡੋ, ਤੁਸੀਂ ਕਿਸੇ ਵੀ ਸਕੂਲ ਨੂੰ ਪ੍ਰਮੋਟ ਕਰਨਾ, ਤੁਸੀਂ ਦੇਖੋ ਵੀ ਉਹਦਾ ਨਤੀਜਾ ਕੀ ਹੈ। 1-10 ਸਕੂਲ ਚੰਗਾ ਨਤੀਜਾ ਦੇ ਰਹੇ ਨੇ ਪਿਛਲੇ 10 ਸਾਲਾਂ, ਤੁਸੀਂ ਘੱਟੋ ਘੱਟ ਜੇ ਕੋਈ ਉਹਨੂੰ ਚੰਗਾ ਨਾਂ ਦੇਣਾ ਜਾਂ ਪੰਜਾਬ ਦੀ ਸਿੱਖਿਆ ਦਾ ਮਾਡਲ ਬਣਾਉਣਾ, ਉਹਨਾਂ ਸਕੂਲਾਂ ਨੂੰ ਤਾਂ ਇਹਨਾਂ ਦੇ ਵਿੱਚ ਹੋਣਾ ਚਾਹੀਦਾ ਨਾ ਘੱਟੋ ਘੱਟ। ਉਹਨਾਂ ਸਕੂਲਾਂ ਨੂੰ ਪਾਸੇ ਕਿਉਂ ਕੀਤਾ ਜਾ ਰਿਹਾ? 86 ਮੈਰਿਟ ਆਈਆਂ ਨੇ 320 ਵਿੱਚੋਂ, ਅਤੇ ਕਿਤੇ ਪੰਜਾਬ ਸਰਕਾਰ ਦਾ ਬਿਆਨ ਤੁਸੀਂ ਪੜ੍ਹਿਆ ਹੋਵੇ ਵੀ ਆਹ ਪੰਜਾਬ ਸਰਕਾਰ ਦੇ ਸਕੂਲ ਨੇ 10 ਸਕੂਲਾਂ 'ਚੋਂ 86 ਮੈਰਿਟਾਂ ਨੇ, ਇਕੱਲੇ ਇਕੱਲੇ ਸਕੂਲ 'ਚੋਂ, ਇੱਕ ਸਕੂਲ 'ਚੋਂ 23 ਮੈਰਿਟਾਂ, ਇੱਕ ਸਕੂਲ 'ਚੋਂ 21 ਮੈਰਿਟਾਂ, 18 ਮੈਰਿਟਾਂ, ਤੁਸੀਂ ਸੋਚ ਕੇ ਦੇਖੋ, 21 ਕਲਾਸ 'ਚੋਂ 10-10 ਮੈਰਿਟਾਂ ਆਈਆਂ ਹੋਈਆਂ ਨੇ ਸਾਡੇ ਸਕੂਲਾਂ 'ਚ, ਪਰ ਨਹੀਂ ਨਾ ਥਾਂ ਨਹੀਂ ਹੈਗਾ, ਸਰਕਾਰ ਨਾਂ ਵੀ ਲੈ ਕੇ ਰਾਜ਼ੀ ਨਹੀਂ ਹੈਗੀ ਇਹਨਾਂ ਸਕੂਲਾਂ 'ਚ। ਤੁਸੀਂ ਤਾਂ ਪੜ੍ਹਾਉਣੇ ਵੀ ਉਹਨਾਂ ਸਕੂਲਾਂ ਦੇ ਵਿੱਚ, ਤਜਰਬਾ 10 ਸਾਲਾਂ ਦੇ ਵਿੱਚੋਂ ਕਿ ਇਹੋ ਜਿਹੇ ਬੱਚੇ ਆਏ ਆ ਜਿਹੜੇ ਤੁਹਾਨੂੰ ਲੱਗਦਾ ਸੀ ਕਿ ਜੇ ਮੈਰੀਟੋਰੀਅਸ ਸਕੂਲ ਨਾ ਹੁੰਦੇ ਤਾਂ ਇਹ ਬੱਚੇ ਕਿਤੇ ਦਿਹਾੜੀਆਂ ਕਰਦੇ ਹੋਣੇ ਜਾਂ ਰੁਲ ਜਾਂਦੇ, ਆਪਣਾ ਬਚਪਨ ਹੀ ਖੋ ਜਾਂਦੇ। ਇਸ ਤਰ੍ਹਾਂ ਦਾ ਅਣਗਿਣਤ ਬੱਚਿਆਂ ਦਾ ਸਾਡੇ ਨਾਲ ਤਜਰਬਾ ਹੈਗਾ, ਹਰ ਅਧਿਆਪਕ ਨੂੰ ਇੰਨੇ, ਮੈਨੂੰ 10 ਹੋ ਗਏ ਉਸ ਸਕੂਲ 'ਚ ਪੜ੍ਹਾਉਂਦੇ ਨੇ, ਮਤਲਬ ਸਾਡੀ ਕਲਾਸਾਂ ਵਿੱਚ ਇੰਨੇ ਗਰੀਬ ਘਰਾਂ ਦੇ ਬੱਚੇ ਹੁੰਦੇ ਨੇ, ਮਤਲਬ ਕਈ ਬੱਚਿਆਂ ਕੋਲ ਸਿਆਲ ਵਿੱਚ ਕੋਟੀ ਲੈਣ ਲਈ ਪੈਸੇ ਨਹੀਂ ਹੁੰਦੇ ਹੈਗੇ, ਖਾਣੇ ਮਤਲਬ ਉਹ ਇਸ ਗੱਲ ਨੂੰ ਵੀ ਕਰਦੇ ਨੇ ਵੀ ਜੇ ਮੇਰੇ ਮਾਪੇ ਫਾਜ਼ਿਲਕਾ ਤੋਂ ਮੈਨੂੰ ਲੈਣ ਆਉਣਗੇ ਇੱਥੇ ਤਾਂ ਉਹਦਾ 700-800 ਰੁਪਇਆ ਕਿਰਾਇਆ ਲੱਗ ਜਾਣਾ ਜੀ, ਮੈਨੂੰ ਇਕੱਲੇ ਨੂੰ ਤੋਰ ਦਿਉ, ਹੋਸਟਲ 'ਚੋਂ ਇਕੱਲੇ ਨੂੰ ਬੱਚੇ ਨੂੰ ਭੇਜ ਨਹੀਂ ਸਕਦੇ, ਉਹ ਹਾੜੇ ਕੱਢਣਗੇ। ਇੰਨੇ ਗਰੀਬ ਘਰਾਂ ਦੇ ਬੱਚੇ ਨੇ ਵੀ ਜੇ ਇੱਕ ਦਿਹਾੜੀ ਛੁੱਟ ਗਈ ਮੇਰੇ ਪਿਓ ਦੀ ਤਾਂ 400 ਰੁਪਇਆ ਨੁਕਸਾਨ ਹੋ ਜੂ। ਇਹਨਾਂ ਗਰੀਬ ਘਰਾਂ ਦੇ ਬੱਚਿਆਂ ਨੂੰ ਚੰਗਾ ਖਾਣਾ, ਚੰਗੀ ਸਿੱਖਿਆ ਦਿੱਤੀ ਜਾ, ਅਤੇ ਉਹ ਚੰਗੀਆਂ ਥਾਵਾਂ 'ਤੇ, ਮੈਂ ਬਹੁਤ ਸਾਰੇ ਬੱਚਿਆਂ ਦੀ ਉਦਾਹਰਨ, ਮੈਂ ਤੁਹਾਨੂੰ ਦੋ ਬੱਚਿਆਂ ਦੀ ਉਦਾਹਰਨ ਦਿੰਦਾ, ਇੱਕ ਪਟਿਆਲਾ ਸਕੂਲ 'ਚ ਪੜ੍ਹਿਆ ਹੋਇਆ ਬਿਸ਼ੂ ਛਾਬੜਾ, ਸਧਾਰਨ ਘਰ ਦਾ ਅਬੋਹਰ ਫਾਜ਼ਿਲਕਾ ਦਾ ਬੱਚਾ ਸੀਗਾ, ਅੱਜ ਉਹ ਐਮਾਜ਼ੋਨ ਵਿੱਚ 40-45 ਲੱਖ ਰੁਪਏ ਦੇ ਪੈਕੇਜ ਦੇ ਕੰਮ ਕਰਦਾ। ਇਸੇ ਤਰ੍ਹਾਂ ਬੋਰਡਦਾਸ ਬਠਿੰਡਾ ਸਕੂਲ 'ਚ ਪੜ੍ਹਿਆ ਹੋਇਆ, ਪੈਂਚਰ ਵਾਲੇ ਦਾ ਜਵਾਕ ਹੈ, ਪਟਿਆਲੇ MBBS ਕਰਦਾ। ਇਸ ਤਰ੍ਹਾਂ ਦੀਆਂ ਅਣਗਿਣਤ ਉਦਾਹਰਨਾਂ ਨੇ, ਹਰ ਥਾਂ 'ਤੇ ਸਾਡੇ ਬੱਚੇ ਨੌਕਰੀਆਂ ਕਰ ਰਹੇ ਨੇ, ਚੰਗੀਆਂ IIT 'ਚ ਪੜ੍ਹ ਰਹੇ ਨੇ, ਚੰਗੀਆਂ ਨੌਕਰੀਆਂ 'ਤੇ ਲੱਗੇ ਹੋਏ ਨੇ, ਗੌਰਮੈਂਟ ਜੋਬ 'ਤੇ ਲੱਗੇ, ਉਹ ਬਿਲਕੁਲ ਸਧਾਰਨ ਘਰਾਂ ਦੇ ਬੱਚੇ। ਜੇ ਪੰਜਾਬ ਦੀ ਪਨੀਰੀ ਆ ਜਿਹੜੀ ਖਾਸ ਕਰਕੇ ਗਰੀਬ ਆਮ ਘਰਾਂ ਦੇ ਵਿੱਚੋਂ ਹੈ, ਕਿਉਂਕਿ ਅੱਜ ਕੱਲ੍ਹ ਇੱਕ ਨਾਰਾ ਜਿਹਾ ਬੜਾ ਪ੍ਰਚਲਿਤ ਹੈ ਸਰਕਾਰਾਂ ਅੰਦਰ ਕਿ ਆਮ ਘਰਾਂ ਦੇ ਮੁੰਡੇ ਕੁੜੀਆਂ ਵਿਧਾਇਕ ਬਣੇ, ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ, ਫਿਰ ਇਹ ਵੀ ਤਾਂ ਆਮ ਘਰਾਂ ਦੇ ਨੇ, ਤੁਹਾਨੂੰ ਫਰਕ ਕਿੱਥੇ ਨਜ਼ਰ ਆਇਆ ਸਰਕਾਰ ਦੀ ਨੀਤੀ ਦੀ ਨੀਅਤ ਦੇ ਵਿੱਚ ਕਿ ਇੱਧਰ ਇੱਕ ਆਮ ਘਰਾਂ ਦੇ ਬੱਚੇ ਜਿਨ੍ਹਾਂ ਦਾ ਭਵਿੱਖ ਰਚਨਾਉਣਾ ਉਹਨਾਂ ਲਈ ਪ੍ਰਬੰਧ ਆ ਜਿਹੜਾ ਦਿਨੋਂ ਦਿਨ ਘੱਟ ਰਿਹਾ, ਪਰ ਜਿਹੜੇ ਆਮ ਘਰਾਂ ਦੇ ਵਿਧਾਇਕ ਚੁਣ ਕੇ ਆ ਗਏ ਉਹ ਕਹਿੰਦੇ ਕਿ ਨਹੀਂ ਅਸੀਂ ਤਾਂ ਲੋਕਾਂ ਦੀ ਆਮ ਦੀ ਨੁਮਾਇੰਦਗੀ ਕਰਦੇ ਹਾਂ, ਸੱਥਾਂ 'ਚੋਂ ਸਰਕਾਰਾਂ ਚਲਾਉਂਦੇ ਹਾਂ, ਆਮ ਘਰਾਂ ਵਾਲੇ ਨੂੰ ਤਾਂ ਜਮ੍ਹਾਂ ਹੀ ਨਹੀਂ ਪਰੇਸ਼ਾਨੀ ਹੋਣ ਦਿੰਦੇ। ਇਹ ਦਰਅਸਲ ਬੜੀ ਹਾਸੋਹੀਣੀ ਸਥਿਤੀ ਬਣੀ ਪਈ ਹੈ, ਜਿਹੜੇ ਆਮ ਘਰਾਂ ਦੀ ਗੱਲ ਇਹ ਕਰਦੇ ਨੇ ਵੀ ਆਮ ਘਰਾਂ ਦੇ ਬੰਦੇ ਸਰਕਾਰ ਚਲਾ ਰਹੇ ਨੇ, ਤੁਸੀਂ ਦੇਖ ਕੇ ਦੇਖੋ ਵੀ ਉਹਨਾਂ ਦਾ ਜਿਹੜਾ ਹੁਣ ਸਰਕਾਰ ਦਾ ਤਜ਼ਰਬਾ ਉਹ ਆਮ ਰਹਿ ਕਿੱਥੇ ਗਿਆ। ਤੁਸੀਂ ਮੁੱਖ ਮੰਤਰੀ ਦਾ ਕਾਫਲਾ ਦੇਖ ਲਓ, ਤੁਸੀਂ ਦੇਖੋ ਸਿੱਖਿਆ ਮੰਤਰੀ ਨੂੰ ਮਿਲਣਾ ਕੀ ਸੌਖਾ ਪਿਆ ਕਿਸੇ ਲਈ, ਅਸੀਂ ਮਤਲਬ ਮੀਟਿੰਗਾਂ ਦੇ ਕੇ ਰੱਦ ਕਰਦੇ ਨੇ। 2 ਕਿਸੇ ਯੂਨੀਅਨ ਨੂੰ ਮੁੱਖ ਮੰਤਰੀ ਨੇ ਸੰਗਰੂਰ ਤੋਂ ਮੀਟਿੰਗ ਨਹੀਂ ਦਿੱਤੀ, ਮੁੱਖ ਮੰਤਰੀ ਸਾਹਿਬ ਕਿਸੇ ਨਾਲ ਮੀਟਿੰਗ ਨਹੀਂ ਕਰਦੇ, ਉਹ ਤਾਂ ਕਹਿੰਦੇ ਦਰਵਾਜ਼ੇ ਖੁੱਲ੍ਹੇ ਆ, ਜਦੋਂ ਮਰਜ਼ੀ ਖੜਕਾਓ ਮੇਰੇ CM ਵਾਲੇ ਦਫ਼ਤਰ ਆ ਜਾਓ, ਮੇਰੇ ਘਰੇ ਸਰਕਾਰੀ ਕੋਠੀ 'ਚ ਆ ਜਾਓ, ਸੰਗਰੂਰ ਆ ਜਾਓ, ਕਿਤੇ ਆ ਜਾਓ, ਮੈਂ ਗੱਲ ਕਰਨ ਲਈ ਤਿਆਰ ਹਾਂ। ਤੁਸੀਂ ਸੰਗਰੂਰ ਜਾ ਕੇ ਕਿਸੇ ਯੂਨੀਅਨ ਦਾ ਹਾਲ ਪੁੱਛ ਕੇ ਦੇਖੋ, ਅਸੀਂ ਖੁਦ ਸੰਗਰੂਰ ਇੰਨੀ ਵਾਰ ਗਏ ਹਾਂ, ਉਹਨਾਂ ਦਾ ਸਾਫ਼ ਮਨਾ ਹੁੰਦਾ। ਈਵਨ ਕਿ ਜਿਹੜੀ ਸਾਨੂੰ ਪਿਛਲੀ ਵਾਰ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਵੀ ਦਿੱਤੀ ਸੀ, ਉਹ ਵੀ 4 ਉਹਨਾਂ ਨੇ ਕੈਂਸਲ ਕਰਕੇ
ਮੁੜ ਕੇ ਕਹਿੰਦੇ ਵੀ ਸਿੱਖਿਆ ਮੰਤਰੀ ਨਾਲ ਮੀਟਿੰਗ ਕਰ ਲਓ, ਸਿੱਖਿਆ ਮੰਤਰੀ ਨੇ ਵੀ ਮੀਟਿੰਗ ਨਹੀਂ ਕੀਤੀ ਹੈ। ਅਤੇ ਜਿਹੜੀ ਆਮ ਘਰਾਂ ਦੀ ਤੁਸੀਂ ਗੱਲ ਕਰਦੇ ਹੋ ਨਾ, ਤੁਸੀਂ ਡਾਟਾ ਪੜ੍ਹ ਕੇ ਦੇਖਿਓ, ਇਹਨਾਂ ਦੇ 3 MP ਹੁਣ ਬਣੇ ਨੇ, ਉਹਨਾਂ ਦੀ ਜਾਇਦਾਦ ਕਰੋੜਾਂ 'ਚ ਹੈ। ਕੋਈ ਐਂ ਨਹੀਂ ਹੈਗੀ ਵੀ ਉਹਨਾਂ ਦੀ ਜਾਇਦਾਦ ਲੱਖਾਂ 'ਚ ਹੋਵੇ। ਉਹ ਡਾਟਾ ਬਕਾਇਦਾ ਇੱਦਾਂ ਹਿੰਦੂ 'ਚ ਛਾਪਿਆ ਹੋਇਆ ਵੀ ਜਾਇਦਾਦ ਕੀ, ਉਹ ਆਮ ਘਰਾਂ ਵਾਲੀ ਗੱਲ ਕੋਈ ਨਹੀਂ ਰਹਿ ਗਈ ਹੈਗੀ ਉਹਨਾਂ ਵਿੱਚ, ਨਾ ਆਮ ਘਰਾਂ ਦਾ ਜੁਮਲਾ ਰਹਿ ਗਿਆ ਇਕੱਲਾ। ਜੇ ਆਮ ਘਰਾਂ ਦੇ ਹੁੰਦੇ ਤਾਂ ਆਮ ਘਰਾਂ ਦੇ ਬੱਚਿਆਂ ਦੀਆਂ, ਆਮ ਘਰਾਂ ਦੇ ਜਿਹੜੇ ਸਾਡੇ ਵਰਗੇ ਆਮ ਘਰਾਂ ਦੇ ਪੜ੍ਹ ਕੇ ਨੌਕਰੀਆਂ ਦੇ ਪਹੁੰਚੇ ਨੇ, ਕੱਚੀਆਂ ਨੌਕਰੀਆਂ ਦਾ ਸੰਤਾਪ ਹਟਾ ਰਹੇ ਨੇ, ਉਹਨਾਂ ਦਾ ਦਰਦ ਇਹਨਾਂ ਨੂੰ ਹੋਣਾ ਚਾਹੀਦਾ ਸੀ। ਮੈਂ ਇਹੀ ਪੁੱਛਣਾ ਚਾਹੁੰਦਾ ਕਿ ਹੁਣ ਮੈਰੀਟੋਰੀਅਸ ਸਕੂਲਾਂ ਦੇ ਢਾਂਚੇ ਨੂੰ ਅੱਗੇ ਵਧਾਉਣ ਲਈ ਜਾਂ ਹੋਰ ਮਜ਼ਬੂਤ ਕਰਨ ਦੇ ਲਈ ਸਮੱਸਿਆਵਾਂ ਕਿਹੜੀਆਂ ਕਿਹੜੀਆਂ ਸਾਹਮਣੇ ਨਜ਼ਰ ਆਉਂਦੀਆਂ? ਇੱਕ ਤਾਂ ਤੁਹਾਡੀ ਅਧਿਆਪਕਾਂ ਦੀ ਹੋਗੀ ਕਿ ਕੱਚੇ ਚੱਲੇ ਆਉਂਦੇ ਹੋ, ਰੈਗੂਲਰ ਨਹੀਂ ਕੀਤਾ ਗਿਆ, 10 ਸਾਲ ਇੱਕ ਦਹਾਕਾ ਬੀਤ ਜੇ ਅਤੇ ਉੱਥੇ ਹੀ ਕੱਚੀ ਨੌਕਰੀ ਹੋਵੇ, ਹਾਲਾਂਕਿ ਪੱਕੇ ਮੁਲਾਜ਼ਮ ਕੀਤੇ ਗਏ ਦੇ ਬੋਰਡ ਵੀ ਬਹੁਤ ਦੇਖੇ ਗਏ, ਇੱਕ ਤਾਂ ਉਹ ਸਮੱਸਿਆ, ਹੋਰ ਕਿਹੜੀਆਂ ਕਿਹੜੀਆਂ ਸਮੱਸਿਆਵਾਂ? ਦੇਖੋ ਜਿਹੜੀ ਕੱਚੇ ਅਧਿਆਪਕ ਦੀ ਸਮੱਸਿਆ ਬੜੀ ਗੰਭੀਰ ਸਮੱਸਿਆ, ਮਤਲਬ 10 ਸਾਲਾਂ ਵਿੱਚ 7 ਵਾਰ ਭਰਤੀ ਹੋ ਗਈ। ਕਿਉਂ ਹੋ ਗਈ? ਕਿਉਂਕਿ ਕੱਚੀ ਨੌਕਰੀ ਹੈ, ਅਧਿਆਪਕ ਛੱਡ ਕੇ ਹੋਰ ਨੌਕਰੀ 'ਤੇ ਚਲੇ ਜਾਂਦੇ, ਕਿਉਂਕਿ ਸਮਾਂ ਹੁੰਦਾ ਅਗਲੀ ਨੌਕਰੀ ਚੂਜ਼ ਕਰ ਲੈਂਦਾ ਬੰਦਾ, ਮਤਲਬ ਵਿੱਚ ਫਿਰ ਅਗਲੀ ਭਰਤੀ ਕਰੋ। ਇਹਦੇ ਨਾਲ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਹੋ ਰਿਹਾ। ਨਵੀਂ ਭਰਤੀ ਆਊਗੀ, ਅਧਿਆਪਕਾਂ ਨੇ ਛੱਡ ਕੇ ਚਲੇ ਜਾਣਾ, 311 ਅਧਿਆਪਕ ਨੇ 20 ਛੱਡ ਗਏ, 50 ਛੱਡ ਗਏ ਹਰ ਸਾਲ ਕੋਈ ਨਾ ਕੋਈ। ਤੁਸੀਂ ਦੇਖੋ 2023 'ਚ ਭਰਤੀ ਹੋਈ ਆ, 21 'ਚ ਹੋਈ, 18 'ਚ, 17, ਲਗਾਤਾਰ ਭਰਤੀਆਂ ਇਹ ਹੋ ਰਹੀਆਂ ਨੇ। ਦੂਜੀ ਹੈਗੀ ਆ ਇਹਨਾਂ ਦਾ ਮੇਨ ਏਜੰਡਾ ਸੀ ਕੋਚਿੰਗ ਦਾ, ਵੀ ਵਿਦਿਆਰਥੀਆਂ ਨੂੰ ਐਕਸਟਰਾ ਕੋਚਿੰਗ ਦੇਵਾਂਗੇ ਈਵਨਿੰਗ 'ਚ। ਉਹ ਪਹਿਲੇ 2-3 ਸਾਲ ਚੱਲਦੀ ਰਹੀ ਔਫਲਾਈਨ ਕੋਚਿੰਗ, ਫਿਰ ਇਹਨਾਂ ਨੇ ਔਨਲਾਈਨ ਕਰਤੀ, ਹੁਣ ਔਨਲਾਈਨ ਵੀ ਬੰਦ ਹੈ। ਕਿਸੇ ਸੰਸਥਾ ਨਾਲ ਫ੍ਰੀ ਕੋਚਿੰਗ ਦਾ ਇਹ ਕਰ ਲੈਂਦੇ ਨੇ ਅਤੇ ਉਹ ਥੋੜ੍ਹੀ ਬਹੁਤੀ ਚੱਲਦੀ ਹੈ, ਫਿਰ ਬੰਦ ਹੋ ਜਾਂਦੀ ਹੈ। ਦੂਜਾ ਚੰਗੀ ਡਾਇਟ ਦਾ ਇੱਕ ਇੰਪੋਰਟੈਂਟ ਇਸ਼ੂ ਸੀਗਾ। 183 ਰੁਪਏ ਡਾਇਟ ਹੁੰਦੀ ਸੀਗੀ ਜਦੋਂ ਪਹਿਲੀ ਵਾਰ ਮੈਰੀਟੋਰੀਅਸ ਸਕੂਲ ਖੋਲ੍ਹੇ ਗਏ। ਹੁਣ ਤੁਸੀਂ ਦੱਸੋ ਵੀ ਮਹਿੰਗਾਈ ਤਾਂ ਕਿੱਥੇ ਪਹੁੰਚ ਗਈ 10 ਸਾਲਾਂ 'ਚ? ਡਾਇਟ 183 ਤੋਂ 80 ਰੁਪਏ 'ਤੇ ਪਹੁੰਚ ਗਈ, ਜਦਕਿ ਡਾਇਟ ਹੋਰ ਵਧਣੀ ਚਾਹੀਦੀ ਸੀ। ਬੱਚਿਆਂ ਨੂੰ ਜਿਸ ਤਰ੍ਹਾਂ ਦਾ ਨਿਊਟ੍ਰੀਸ਼ਨ ਚੰਗਾ ਖਾਣੇ ਦਾ ਉਸ ਸਮੇਂ ਇਸ ਏਜੰਡਾ ਸੀਗਾ, ਉਹ ਸਾਈਡਲਾਈਨ ਕਰ ਦਿੱਤਾ। ਹੁਣ ਇੱਕ ਬੱਚੇ ਦੇ ਹਿੱਸੇ ਮੈਰੀਟੋਰੀ ਸਕੂਲ ਦਾ ਜਿਹੜਾ ਵਿਦਿਆਰਥੀ ਹੈ, ਮੁੰਡਾ ਹੋਵੇ ਕੁੜੀ ਹੋਵੇ, ਕਿੰਨੇ ਪੈਸੇ ਡਾਇਟ ਦੇ ਮਿਲ ਰਹੇ ਆ ਪੂਰੇ ਦਿਨ ਦੇ? ਪੂਰੇ ਦਿਨ ਦੇ ਕਿਸੇ ਸਕੂਲ 'ਚ 80 ਰੁਪਏ ਨੇ, 79 ਰੁਪਏ ਨੇ, ਕਿਸੇ 'ਚ 90, ਇੰਨੇ ਘਟਾ ਦੇ, ਮਤਲਬ 183 ਤੋਂ ਸ਼ੁਰੂ ਕਰਕੇ। ਸੰਗਰੂਰ ਸਕੂਲ 'ਚ ਪਿੱਛੇ ਜੇ ਉਹ ਹੋ ਕੇ ਹਟੀ ਸੀ ਸਮੱਸਿਆ, ਉੱਥੇ ਇਹਨਾਂ ਨੇ 150 ਰੁਪਇਆ ਕਰਤਾ, ਬਾਕੀ ਸਕੂਲ ਉਵੇਂ ਦੇ ਉਵੇਂ ਖੜੇ। ਦੇਖੋ ਇੱਕ ਸਕੂਲ 'ਚ ਜਿੱਥੇ ਕੋਈ ਘਟਨਾ ਵਾਪਰੇ ਤੇ ਫਿਰ ਅਸੀਂ ਉਹਨਾਂ ਨੂੰ ਦਈਏ। ਬਿਲਕੁਲ, ਤੁਸੀਂ ਦੇਖੋ ਵੀ ਇਹ ਤਾਂ ਹੈਰਾਨੀ ਵਾਲੀ ਗੱਲ ਹੈ ਵੀ ਮੈਰੀਟੋਰੀਅਸ ਸਕੂਲਾਂ ਬਾਰੇ ਜਿਹੜਾ ਸਿੱਖਿਆ ਮੰਤਰੀ ਦਾ ਆਖਰੀ ਬਿਆਨ ਹੈ ਉਹ ਉਦੋਂ ਦਾ ਹੀ ਬਿਆਨ ਹੈ ਜਦੋਂ ਸੰਗਰੂਰ ਸਕੂਲ 'ਚੋਂ ਸਮੱਸਿਆ ਵਾਪਰੀ। ਉਸ ਤੋਂ ਪਹਿਲਾਂ ਤੇ ਬਾਅਦ ਉਹ ਮੈਰੀਟੋਰੀਅਸ ਸਕੂਲ ਬਾਰੇ ਕੋਈ ਬਿਆਨ ਹੀ ਨਹੀਂ ਦਿੰਦੇ ਹੈਗੇ। ਉਹ ਉਡੀਕਦੇ ਨੇ ਵੀ ਇੱਥੇ ਕੋਈ ਜੇ ਘਟਨਾ ਹੋਊਗੀ ਤਾਂ ਕਰਾਂਗੇ, ਨਹੀਂ ਸਕੂਲ ਆਟੋ ਪ੍ਰੋਜੈਕਟ। ਤੁਸੀਂ ਸੋਚੋ ਵੀ ਸਾਡੇ ਸਕੂਲਾਂ ਦਾ ਜਿਹੜਾ ਪ੍ਰੋਜੈਕਟ ਡਾਇਰੈਕਟਰ ਹੁੰਦਾ ਉਹ ਵੀ ਚਾਰਜ ਦੇ ਹੈ, ਉਹ ਵੀ ਕਿਸੇ ਨੂੰ ਚਾਰਜ ਦੇ ਦਿੰਦੇ ਨੇ, ਮਤਲਬ ਪਰਮਾਨੈਂਟ ਪ੍ਰੋਜੈਕਟ ਡਾਇਰੈਕਟਰ ਅਡੀਸ਼ਨਲ ਚਾਰਜ ਦੇ ਦਿੰਦੇ। ਹੁਣ ਉਹ ਛੁੱਟੀ 'ਤੇ ਗਏ ਨੇ ਪ੍ਰੋਜੈਕਟ ਡਾਇਰੈਕਟਰ, ਇੱਕ ਹੋਰ ਨੂੰ ਅਡੀਸ਼ਨਲ ਚਾਰਜ ਦੇ ਤਾ, ਮਤਲਬ ਇਸ ਤਰ੍ਹਾਂ ਚਾਰਜ 'ਤੇ ਕੰਮ ਚੱਲੇ। ਅਤੇ ਇੱਕ ਬੰਦੇ ਕੋਲ ਇੰਨੇ ਨੇ ਚਾਰਜ ਹੁੰਦੇ ਨੇ ਵੀ ਉਹ ਫੁੱਲ ਫਲੈਜ ਵਿਜ਼ਿਟ ਵੀ ਨਹੀਂ ਕਰ ਸਕਦਾ ਸਕੂਲਾਂ ਨੂੰ, ਜਦਕਿ ਤੁਸੀਂ ਜਦੋਂ ਐਡਾ ਵੱਡਾ ਪ੍ਰੋਜੈਕਟ ਆ ਪਰਮਾਨੈਂਟ ਬੰਦਾ ਉੱਥੇ ਵਿਜ਼ਿਟ ਕਰਦਾ ਹੋਵੇ, ਸਕੂਲ ਦੀ ਹਰ ਅਪਡੇਟ ਹੋਣੀ ਚਾਹੀਦੀ ਆ, ਸਕੂਲ ਬਾਰੇ ਹਰ ਸਮੱਸਿਆਵਾਂ ਜਾਣੂ ਹੋਣੀ ਚਾਹੀਦੀਆਂ ਨੇ। ਪਰ ਵਿਦਿਆਰਥੀ ਅਧਿਆਪਕ ਲਗਾਤਾਰ ਸਮੱਸਿਆਵਾਂ ਤੋਂ ਪੀੜਿਤ ਨੇ, ਪਰ ਕੋਈ ਧਿਆਨ ਨਹੀਂ ਹੈਗਾ ਸਰਕਾਰ ਦਾ, ਕੋਈ ਕਿਸੇ ਗੱਲ ਵੱਲ, ਮਤਲਬ ਹਾਈਲਾਈਟ ਕਰਕੇ ਕੋਈ ਅਖਬਾਰ 'ਚ ਕਿਤੇ ਵੀ ਤੁਹਾਨੂੰ ਇਹਨਾਂ ਦੀ ਸਮੱਸਿਆਵਾਂ ਨਜ਼ਰ ਆਉਣਗੀਆਂ। ਜਿੰਨੀਆਂ ਕੁ ਯੂਨੀਅਨ ਪੱਧਰ 'ਤੇ ਅਸੀਂ ਸਮੱਸਿਆਵਾਂ ਨੂੰ ਉਭਾਰ ਸਕਦੇ ਹਾਂ, ਉਭਾਰ ਲੈਂਦੇ ਹਾਂ, ਉਹਨਾਂ ਦੀ ਵੀ ਸਰਕਾਰ ਕੋਈ ਸਾਰ ਨਹੀਂ ਲੈਂਦੀ ਹੈ। ਹੁਣ ਨਜ਼ਰ ਕਿੱਥੇ ਆਉਂਦਾ, ਸੋਲਿਊਸ਼ਨ ਕਿੱਥੇ ਪਿਆ? ਕੋਈ ਸਲਾਹ ਜਿਹੜਾ ਸੁਝਾਅ ਨੇ, ਕਈ ਵਾਰੀ ਲੈ ਜਾਂਦਾ ਕਿ ਜਿਹੜੇ ਗਰਾਊਂਡ 'ਤੇ ਕੰਮ ਕਰਨ ਵਾਲੇ ਸਭ ਜਾਣਦੇ ਹੁੰਦੇ ਆ ਕਿ ਥੱਲੇ ਲਿੱਕੀ ਲੂਪਹੋਲ ਨੇ, ਕਿੱਥੇ ਸਮੱਸਿਆ ਹੈ ਅਤੇ ਕਿੱਥੇ ਕੀ ਕਰਨਾ। ਸੁਝਾਅ ਵਜੋਂ ਜੇਕਰ ਇਹ ਸਰਕਾਰ ਨੂੰ ਇਸ ਇੰਟਰਵਿਊ ਦੇ ਜ਼ਰੀਏ ਵੀ ਸੁਝਾਅ ਪੇਸ਼ ਕਰਨਾ ਚਾਹੋ ਵੀ ਆਹ ਜਿਹੜੀਆਂ ਗੱਲਾਂ ਨੇ ਇਹਦੇ 'ਤੇ ਧਿਆਨ ਦੇ ਲਓ, ਫਿਰ ਅਸੀਂ ਹੋਰ ਆਬਾਦ ਹੋ ਜਾਵਾਂਗੇ, ਮੈਰੀਟੋਰੀ ਸਕੂਲ ਹੋਰ ਮਜ਼ਬੂਤ ਹੋ ਜਾਣਗੇ। ਦੇਖੋ ਮੇਨ ਮੁੱਦਾ ਤਾਂ ਇਹੀ ਹੈ ਵੀ
ਪਹਿਲਾਂ ਤਾਂ ਜਿਹੜੇ ਅਧਿਆਪਕ ਇੱਥੇ ਲਗਾਤਾਰ 10 ਸਾਲ ਤੋਂ ਕੰਮ, ਉਹਨਾਂ ਦੀ ਜੋਬ ਸਿਕਿਉਰਿਟੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਹੋਰ ਸਿਕਿਉਰ ਹੋ ਕੇ ਹੋਰ ਤਨਦੇਹੀ ਨਾਲ ਕੰਮ ਕਰਨ। ਇਸ ਵਾਰ 86 ਮੈਰਿਟਾਂ ਆਈਆਂ ਨੇ, ਉਹ 150 ਤੱਕ ਪਹੁੰਚਣ, ਮਤਲਬ ਹਰ ਸਕੂਲ 'ਚ 30-30, 20-20 ਮੈਰਿਟਾਂ ਆਉਣ, ਵੀ ਉਹ ਇੰਨੇ, ਕਿਉਂਕਿ ਅੱਧ ਵਿਚਾਲੇ ਜੇ ਅਧਿਆਪਕ ਛੱਡ ਕੇ ਚਲਾ ਜਾਂਦਾ ਤਾਂ ਬੱਚੇ ਦੀ ਪੜ੍ਹਾਈ ਖਰਾਬ ਹੁੰਦੀ, ਕਿਉਂਕਿ ਕੱਚੀ ਨੌਕਰੀ ਅੱਜ ਸੰਤਾਪ ਕੋਈ ਨਹੀਂ ਹੰਡਾਉਣਾ ਚਾਹੁੰਦਾ। ਦੂਜਾ ਜਿਹੜਾ ਬੱਚਿਆਂ ਦੀ ਕੋਚਿੰਗ ਦਾ ਪ੍ਰਬੰਧ ਆ, ਉਹ ਫਿਕਸ ਹੋਣਾ ਚਾਹੀਦਾ ਵੀ ਇਸ ਮਹੀਨੇ ਕੋਚਿੰਗ ਸ਼ੁਰੂ ਹੋ ਜਾ ਕਰੂਗੀ, ਅਤੇ ਖਾਣੇ ਦਾ ਜਿਹੜਾ ਹੈਗਾ ਸਿਸਟਮ ਹੈ ਉਹ ਅਪਗ੍ਰੇਡ ਹੋਣਾ ਚਾਹੀਦਾ, ਅੱਜ ਦੀ ਮਹਿੰਗਾਈ ਦੇ ਮੁਤਾਬਕ ਅਪ ਹੋਣਾ ਚਾਹੀਦਾ। ਇਹਨਾਂ ਨੇ ਪਿੱਛੇ ਸਾਨੂੰ 1.5 ਸਾਲ ਪਹਿਲਾਂ ਮੀਟਿੰਗਾਂ ਸਾਡੀਆਂ ਚੱਲ ਰਹੀਆਂ ਨੇ, ਸਰਕਾਰ ਬਣਨ ਤੋਂ 6 ਮਹੀਨੇ ਬਾਅਦ ਮੀਟਿੰਗਾਂ ਹੋਣੀਆਂ ਸ਼ੁਰੂ ਹੋ ਗਈਆਂ, ਸਾਡੇ ਤੋਂ ਸਾਰਾ ਡਾਟਾ ਲੈ ਲਿਆ ਵੀ ਤੁਹਾਡੀ ਫਾਈਲ ਤਿਆਰ ਆ, ਸਬ ਕਮੇਟੀ ਤੋਂ ਪਾਸ ਹੋ ਕੇ ਅਸੀਂ ਰੈਗੂਲਰ ਕਰ ਦਾਂਗੇ। ਇਹੀ ਕਾਂਗਰਸ ਸਰਕਾਰ ਕਰਦੀ ਸੀ ਸਾਡੇ ਨਾਲ, ਜਦਕਿ 311 ਅਧਿਆਪਕ ਨੂੰ ਰੈਗੂਲਰ ਕਰਨਾ ਕਿੱਡੀ ਕੁ ਵੱਡਾ ਮੁੱਦਾ ਹੈਗਾ, ਜਿਹੜੀ ਕਿ ਪ੍ਰੋਪਰ ਚੈਨਲ ਭਰਤੀ ਹੈ। ਤੁਸੀਂ ਸਾਡੀ ਭਰਤੀ ਦੇ ਪੈਮਾਨੇ ਦੇਖੋ, ਪਹਿਲਾਂ ਟੈਸਟ ਹੁੰਦਾ, ਫਿਰ ਅਕੈਡੈਮਿਕ ਸਕੋਰ ਲੱਗਦਾ, ਫਿਰ ਟੀਚਿੰਗ ਡੈਮੋ ਹੁੰਦੀ ਹੈ, ਫਿਰ ਇੰਟਰਵਿਊ ਹੁੰਦੀ ਹੈ। 4 ਸਟੇਜਾਂ 'ਤੇ ਭਰਤੀ ਪ੍ਰਕਿਰਿਆ ਤੋਂ ਬਾਅਦ ਅਸੀਂ ਨੌਕਰੀ 'ਚ ਆਉਂਦੇ ਹਾਂ, ਪਰ ਨੌਕਰੀ ਕੱਚੀ ਹੈ। ਮਤਲਬ ਉਸ ਨੂੰ ਰੈਗੂਲਰ ਕਰਨ ਦੀ ਕੋਈ ਕਾਨੂੰਨੀ ਅੜਚਨ ਹੈ ਨਹੀਂ, ਬਸ ਸਰਕਾਰ ਦੀ ਨੀਅਤ ਨਹੀਂ ਹੈ। ਬਹੁਤ ਸ਼ੁਕਰੀਆ ਜੀ। ਤਾਂ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਜਿਹੜੀ ਯੂਨੀਅਨ ਹੈ ਉਹਨਾਂ ਦੇ ਆਗੂ ਪਰਮਜੀਤ ਸਿੰਘ, ਜਿਹੜੇ ਖੁਦ ਬਤੌਰ ਅਧਿਆਪਕ ਲੰਮੇ ਸਮੇਂ ਤੋਂ, ਇੱਕ ਦਹਾਕਾ ਹੋ ਗਿਆ ਤਕਰੀਬਨ, ਕੱਚੀ ਨੌਕਰੀ ਹੈ ਪਰ ਇਰਾਦੇ ਪੱਕੇ ਨੇ, ਤਾਂ ਉਹਨਾਂ ਦਾ ਮੰਨਣਾ ਹੈ ਕਿ ਜੇਕਰ ਸਰਕਾਰ ਇਸ ਮਸਲੇ ਵੱਲ ਧਿਆਨ ਦੇਵੇ ਤਾਂ ਕਾਫੀ ਸਮੱਸਿਆਵਾਂ ਹੱਲ ਕੀਤੀਆਂ ਜਾ ਸਕਦੀਆਂ ਨੇ। ਪਰ ਸਰਕਾਰ ਵਿਗਿਆਪਨਾਂ ਵਿੱਚ, ਇਸ਼ਤਿਹਾਰਾਂ ਦੇ ਵਿੱਚ, ਸਕੂਲ ਆਫ ਐਮੀਨੈਂਸ ਜਾਂ ਹੋਰ ਪ੍ਰੋਜੈਕਟਾਂ ਦਾ ਪ੍ਰਚਾਰ ਰੱਜ ਕੇ ਕਰਦੀ ਹੋਵੇਗੀ, ਪਰ ਮੈਰੀਟੋਰੀਅਸ ਸਕੂਲ ਜਿਸ ਦੇ ਨਤੀਜੇ ਬੜੇ ਚੰਗੇ ਹੈ, ਹਿਸਟਰੀ ਦੇ ਵਿੱਚ ਵੇਖਿਆ ਜਾਵੇ ਤਾਂ ਗੋਲਡਨ ਪੀਰੀਅਡ ਹੈ ਇੱਕ 10 ਸਾਲਾਂ ਦਾ, ਪਰ ਉਸ ਨੂੰ ਧਿਆਨ ਵਿੱਚ ਕਿਉਂ ਨਹੀਂ ਰੱਖਿਆ ਜਾ ਰਿਹਾ, ਉਸ ਨੂੰ ਅੱਖੋਂ ਓਹਲੇ ਕਿਉਂ ਕੀਤਾ ਜਾ ਰਿਹਾ, ਸਵਾਲ ਸਭ ਤੋਂ ਵੱਡਾ ਇਹ ਹੈ। ਅਸੀਂ ਉਮੀਦ ਕਰਦੇ ਹਾਂ ਕਿ ਘੱਟੋ ਘੱਟ ਇਸ ਗੱਲਬਾਤ ਤੋਂ ਬਾਅਦ ਸਰਕਾਰ ਨੂੰ ਇਹਨਾਂ ਸੁਝਾਅ ਦੇ ਜ਼ਰੀਏ ਮੱਦੇਨਜ਼ਰ ਰੱਖਦਿਆਂ ਹੋਇਆਂ ਕੋਈ ਨਾ ਕੋਈ ਫੈਸਲਾ ਜ਼ਰੂਰ ਲੈਣਾ ਚਾਹੀਦਾ। ਫਿਲਹਾਲ ਇਸ ਮੁਲਾਕਾਤ 'ਚ ਇੰਨਾ ਹੀ, ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਚੰਡੀਗੜ੍ਹ।